ਸਾਡਾ ਕੰਮ ਨਹੀਂ ਚੱਲਣ ਦੇ ਰਿਹਾ ਉਹਨੂੰ ਰੋਕ। ਸਿੱਧੂ ਦਾ ਨੰਬਰ ਲਾਰੈਂਸ ਨੂੰ ਦੇਣ ਵਾਲਾ ਮਲਕੀਰ ਤੌਲਖ ਹੈ। ਦੋ ਤਿੰਨ ਦਿਨ ਪਹਿਲਾਂ ਕਤਲ ਤੋਂ ਪਹਿਲਾਂ ਮਾਨਸਾ ਆਉਂਦਾ ਹੈ, ਮੀਟਿੰਗਾਂ ਕਰਦਾ ਹੈ, ਲੋਕਾਂ ਨੂੰ ਮਿਲਦਾ ਹੈ। ਉਹਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੇਰਾ ਇੱਥੇ ਕੋਈ ਪ੍ਰੋਗਰਾਮ ਸੀ, ਤੇਰਾ ਕੋਈ ਖਾੜਾ ਬੁੱਕ ਸੀ, ਕਾਹਦੇ ਲਈ ਤੂੰ ਮਾਨਸਾ ਆਇਆ ਅਤੇ ਦੋ ਦਿਨ ਬਾਅਦ ਇਹ ਕਤਲ ਹੋ ਜਾਂਦਾ? ਅਸੀਂ ਇਸ ਕਰਕੇ ਉਸ 'ਤੇ ਸ਼ੱਕ ਜ਼ਾਹਿਰ ਕਰਦੇ ਹਾਂ। ਦੂਜਾ ਬੱਬੂ ਮਾਨ, ਜਦੋਂ ਸ਼ੋਅ ਬੁੱਕ ਹੋਇਆ ਦਿੜਬੇ ਵਾਲਾ, ਉਸ ਟਾਈਮ 'ਤੇ ਕੀ ਕੀਤਾ? ਪਹਿਲਾਂ ਤਾਂ ਡੀ ਐੱਸ ਪੀ ਬਿਠਾ ਤੇ ਦੋ ਵੀ ਤੁਸੀਂ ਜਾਣਾ ਨਹੀਂ ਇੱਥੇ ਘਰੇ, ਉਸ ਤੋਂ ਬਾਅਦ ਜੇ ਜਾਓਗੇ ਤੁਹਾਡੇ 'ਤੇ ਪਰਚਾ ਦੇ ਦਿਆਂਗੇ। ਕੀ ਗੱਲ ਭਾਈ, ਉਹ ਕਹਿੰਦਾ ਕੌਣ ਸੀ, ਕੌਣ ਕਹਾਉਂਦਾ ਸੀ? ਕਿਉਂਕਿ ਦੂਜੇ ਪਾਸੇ ਬੱਬੂ ਮਾਨ ਜੀ ਦਾ ਸ਼ੋਅ ਸੀ, ਉਹਨਾਂ ਦਾ ਸਤਿਕਾਰ ਹਰ ਇੱਕ ਲੋਕ ਕਰਦੇ ਸੀ, ਅਸੀਂ ਵੀ ਕਰਦੇ ਸੀ। ਪਰ ਜੇ ਕੋਈ ਬੰਦਾ ਕਹੇ ਯਾਰ ਵੀ ਮੈਂ ਉੱਥੇ ਖਾੜਾ ਲਾਉਣਾ ਅਤੇ ਤੂੰ ਆਉਣਾ ਨਹੀਂ, ਉਹਨੂੰ ਰੋਕਣ ਦੇ ਵਿੱਚ ਵੱਡਾ ਯੋਗਦਾਨ ਪਾਵੇ ਅਤੇ ਉਹਨੂੰ ਰੋਕਣ ਦੇ ਲਈ ਇੱਦਾਂ ਦੇ ਹੱਥ ਕੰਡੇ ਅਪਣਾਵੇ, ਤਾਂ ਉਹਨੂੰ ਕਿੱਥੇ ਆਪਾਂ ਕੀ ਸੋਚ ਸਕਦੇ ਹਾਂ? ਕਿਉਂ ਨਹੀਂ ਉਹਦਾ ਹੱਥ ਹੋ ਸਕਦਾ ਕਤਲ ਦੇ ਵਿੱਚ? ਅਸੀਂ ਇਹ ਸ਼ੱਕ ਜ਼ਾਹਿਰ ਕਰਦੇ ਹਾਂ, ਨਾ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਹੈਗੇ ਆ। ਅਸੀਂ ਪੁਲਿਸ ਨੂੰ ਕਿਹਾ ਵੀ ਇਨਕੁਆਇਰੀ ਕਰੋ, ਇਨਕੁਆਇਰੀ ਕਰਕੇ ਜੇ ਤੁਹਾਨੂੰ ਲੱਗਦਾ ਹੈਗੇ ਆ ਤਾਂ ਠੀਕ ਹੈ, ਜੇ ਨਹੀਂ ਲੱਗਦਾ ਨਹੀਂ ਹੈਗੇ ਤਾਂ ਬੇਸ਼ੱਕ ਛੱਡ ਦਿਓ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਆ ਵੀ ਯਾਰ ਤੁਸੀਂ ਇੱਦਾਂ ਕਿਉਂ ਕਰ, ਅਸੀਂ ਸਾਡੇ 'ਤੇ ਕੁਛ ਗੱਲਾਂ ਇਹੋ ਜਿਹੀਆਂ ਬੀਤੀਆਂ ਨੇ। ਜਿਹੜਾ ਇਹ ਗੈਂਗਸਟਰ ਕਹਿ ਰਿਹਾ ਵੀ ਅਸੀਂ ਮਿੱਟੂ ਖੇੜੇ ਕਰਕੇ ਕਤਲ ਕਰਤਾ, ਮਿੱਟੂ ਖੇੜੇ ਨਾਲ ਨਾ ਤਾਂ ਸਾਡਾ ਕੋਈ ਸੰਬੰਧ ਸੀ, ਨਾ ਸਾਡਾ ਕੋਈ ਲੈਣ ਦੇਣ ਹੈ। ਮਿੱਟੂ ਖੇੜੇ ਨੂੰ ਜਿਹੜੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਆ, ਜਾਂ ਮੋਤਬਾਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਵੀ ਮਿੱਟੂ ਖੇੜੇ ਦਾ ਕੰਮ ਕੀ ਸੀ? ਉਹਦਾ ਕੰਮ ਸੀ ਫਰੌਤੀਆਂ ਇਕੱਠੀਆਂ ਕਰਕੇ ਲਾਰੈਂਸ ਨੂੰ ਦੇਣੀਆਂ ਪੰਜਾਬ ਦੇ ਵਿੱਚੋਂ। ਤੇ ਜਦੋਂ ਫਰੌਤੀਆਂ ਇਕੱਠੀਆਂ ਕਰਕੇ ਮੈਂ ਕਿਸੇ ਗੈਂਗਸਟਰ ਦੀਆਂ ਦੇਊਂਗਾ ਤਾਂ ਜਿਹਤੋਂ ਮੈਂ ਪੈਸੇ ਲੈਤੇ ਹੋਣੇ ਉਹ ਮੈਨੂੰ ਵਰਵਾ ਵੀ ਸਕਦੇ ਆ। ਉਹਦਾ ਸਿੱਧੂ ਨਾਲ ਜੋੜ ਦੇਣਾ ਤੇ ਬਾਅਦ ਦੇ ਵਿੱਚ ਕਹਿਣਾ ਵੀ ਮਿੱਟੂ ਖੇੜੇ ਕਰਕੇ ਅਸੀਂ ਕਤਲ ਕਰਤਾ, ਇਹ ਬਿਲਕੁਲ ਝੂਠ ਹੈ, ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਮਿੱਟੂ ਖੇੜੇ ਦਾ ਭਰਾ ਜਿਹੜਾ ਇੱਥੇ ਆ ਕੇ ਇਹਨਾਂ ਗੈਂਗਸਟਰਾਂ ਨੂੰ ਕੱਪੜੇ ਵੀ ਦਿੰਦਾ ਰਿਹਾ, ਖਾਣੇ ਦਾ ਇੰਤਜ਼ਾਮ ਵੀ ਕਰਦਾ ਰਿਹਾ, ਅਸੀਂ ਉਹ 'ਤੇ ਵੀ ਸ਼ੱਕ ਜ਼ਾਹਿਰ ਕਰਦੇ ਹਾਂ। ਬਕਾਇਦਾ ਦਰਖਾਸਤ ਦੇ ਕੇ ਅਸੀਂ ਇਹਨਾਂ ਦੀ ਇਨਕੁਆਇਰੀ ਮੰਗੀ ਹੈ। ਪਰ ਸਰਕਾਰ ਦੇ ਵਿੱਚ ਜਿਹੜਾ ਇੱਕ ਇਹ ਬੈਠਾ ਹੋਇਆ ਮਿੱਟੂ ਖੇੜੇ ਮੰਨਿਆ ਗਿਆ ਸੀ, ਤਾਂ ਜਿਹੜਾ ਬਲਤੇਜ ਪੰਨੂ ਜੀ ਦਾ ਅਸੀਂ ਪਿਛਲੇ 7 ਮਹੀਨਿਆਂ ਤੋਂ ਰੋਣਾ ਰੋਈ ਜਾ ਰਹੇ ਹਾਂ ਵੀ ਸਾਰਿਆਂ ਨੂੰ ਫੜ ਲਿਆ, ਇਕੱਲਾ ਇਹ ਬੰਦਾ ਹੈ ਜਿਹਦੇ ਕਰਕੇ ਐਡਾ ਵੱਡਾ ਹਾਦਸਾ ਹੋਇਆ, ਇਹਨੇ ਸਿਕਿਉਰਿਟੀ ਲੈਸ ਕੀਤੀ ਤਾਂ ਇਹ ਕੰਮ ਹੋਇਆ। ਇਹ ਉਹ